ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਮ ਸਿਮਰਨ ਦੇ ਬਾਰੇ ਕੁਝ ਕੁ ਵਿਚਾਰ ਗੁਰਬਾਣੀ ਦੇ ਮੁਤਾਬਕ ਸਾਂਝੇ ਕਰਨਾ ਯਤਨ ਕਰਾਂਗੇ ਕਿ ਸਤਗੁਰੂ ਜੀ ਨੇ ਨਾਮ ਸਿਮਰਨ ਕਿਸ ਨੂੰ ਮੰਨਿਆ ਹੈ ਜਾਂ ਨਾਮ ਸਿਮਰਨ ਕੀ ਹੁੰਦਾ ਹੈ ਅਸੀਂ ਥੋੜਾ ਜਿਹਾ ਇਹਨਾਂ ਵਿਚਾਰਾਂ ਨੂੰ ਸਮਝਣ ਦਾ ਯਤਨ ਕਰਾਂਗੇ ਗੁਰਬਾਣੀ ਵਿੱਚ ਬਹੁਤ ਵਾਰ ਨਾਮ ਸਿਮਰਨ ਜਾਂ ਸਿਮਰਨ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲਕਲੇਸ਼ ਤਨ ਮਾਹੇ ਮਿਟਾਵੋ ਇਤਿਹਾਦਿਕ ਜਦੋਂ ਅਸੀਂ ਹੋਰ ਵੀ ਬਾਣੀ ਨੂੰ ਥੋੜਾ ਜਿਹਾ ਗਉ ਨਾਲ ਬਾਚਣ ਦਾ ਯਤਨ ਕਰਦੇ ਹਾਂ ਥੋੜਾ ਜਿਹਾ ਨੀਜ ਨਾਲ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਬਹੁਤ ਵਾਰ ਇਸ ਸ਼ਬਦ ਦੀ ਵਰਤੋਂ ਕੀਤੀ ਹੈ ਪੁਰਾਣੇ ਸਮੇਂ ਦੇ ਵਿੱਚ ਸਿਮਰਨ ਸ਼ਬਦ ਜਿਸ ਤਰੀਕੇ ਨਾਲ ਵਰਤਿਆ ਜਾਂਦਾ ਸੀ ਜਿੱਥੇ ਸਿਮਰਨ ਸ਼ਬਦ ਦੀ ਵਿਆਖਿਆ ਜਿਸ ਤਰੀਕੇ ਨਾਲ ਕੀਤੀ ਜਾਂਦੀ ਸੀ ਸਤਿਗੁਰੂ ਜੀ ਨੇ ਸ਼ਬਦ ਤਾਂ ਉਹ ਵਰਤੇ ਨੇ ਪਰ ਉਹਨਾਂ ਨੂੰ ਸਤਿਗੁਰੂ ਜੀ ਨੇ ਵੱਖਰੇ ਸੰਦਰਭ ਦੇ ਵਿੱਚ ਪੇਸ਼ ਕੀਤਾ ਹੈ ਜਿਵੇਂ 84 ਲੱਖ ਜੂਨ ਬਾਰੇ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਸਤਿਗੁਰੂ ਜੀ ਨੇ ਸ਼ਬਦ 84 ਲੱਖ ਜੂਨ ਉਸੇ ਤਰੀਕੇ ਨਾਲ ਵਰਤੇ ਨੇ ਪਰ ਜਿਹੜੀ ਉਹਨਾਂ ਦੀ ਵਿਆਖਿਆ ਹੈ ਉਹ ਆਪਣੇ ਢੰਗ ਦੇ ਨਾਲ ਸਤਿਗੁਰੂ ਨੇ ਬਾਣੀ ਵਿੱਚ ਪੇਸ਼ ਕੀਤੀ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਸਵਰਗ ਨਰਕ ਬਾਰੇ ਪੜ੍ਹਦੇ ਹਾਂ ਜਾਂ ਪਿਸ਼ਟ ਤੇ ਦੋਸ਼ਕ ਦੇ ਬਾਰੇ ਪੜ੍ਹਦੇ ਹਾਂ ਸਤਿਗੁਰੂ ਜੀ ਨੇ ਸ਼ਬਦ ਉਹ ਵਰਤੇ ਨੇ ਪਰ ਵਿਆਖਿਆ ਉਹਨਾਂ ਦੀ ਆਪਣੇ ਹਿਸਾਬ ਦੇ ਨਾਲ ਕੀਤੀ ਹੈ ਜਿਹੜੀ ਕਿ ਗੁਰਮਤ ਦੇ ਮੁਤਾਬਕ ਅਤੇ ਉਸ ਅਕਾਲ ਪੁਰਖ ਦੀ ਵਿਚਾਰ ਦੇ ਬਹੁਤ ਨੇੜੇ ਹੈ ਇਸੇ ਤਰੀਕੇ ਨਾਲ ਸਤਿਗੁਰੂ ਜੀ ਨੇ ਸਿਮਰਨ ਜਿਹੜਾ ਸ਼ਬਦ ਹੈ ਉਹ ਬਾਣੀ ਵਿੱਚ ਬਹੁਤ ਵਾਰ ਵਰਤਿਆ ਹੈ ਅਤੇ ਜਿਹੜਾ ਸਿਮਰਨ ਸ਼ਬਦ ਹੈ ਜਿਹੜੀ ਇਹਦੀ ਵਿਆਖਿਆ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤੀ ਹੈ ਉਹ ਹੋਰਾਂ ਨਾਲੋਂ ਥੋੜੀ ਜਿਹੀ ਵੱਖਰੀ ਕੀਤੀ ਹੈ ਜੇ ਮੈਂ ਉਦਾਹਰਨ ਦਵਾਂ ਜੋਗ ਮਤ ਦੇ ਅੰਦਰ ਸਿਮਰਨ ਮੰਨਿਆ ਜਾਂਦਾ ਹੈ ਕਿ ਬੰਦਾ ਨਸ਼ਾ ਕਰ ਲਵੇ ਤੇ ਨਸ਼ਾ ਕਰਨ ਤੋਂ ਬਾਅਦ ਬਹੁਤ ਲੰਮਾ ਸਮਾਂ ਜਦੋਂ ਰੱਬ ਦੇ ਨਾਲ ਸਮਾਧੀਆਂ ਲੱਗ ਜਾਂਦੀਆਂ ਨੇ ਜਾਂ ਰੱਬ ਦੇ ਨਾਲ ਉਹਦੀ ਸੁਰਤ ਇੱਕਮਿਕ ਹੋ ਜਾਂਦੀ ਹੈ ਤੇ ਕਹਿੰਦੇ ਨਸ਼ਾ ਕਰਨ ਤੋਂ ਬਾਅਦ ਜਦੋਂ ਇਸ ਤਰੀਕੇ ਦਾ ਸਾਰਾ ਵਰਤਾਰਾ ਆਪਰਦਾ ਹੈ ਤੇ ਬੰਦਾ ਰੱਬ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਹੁਣ ਇਹ ਜਿਹੜੀ ਵਿਆਖਿਆ ਹੈ ਇਹ ਬਹੁਤ ਲੰਮਾ ਸਮਾਂ ਚੱਲਦੀ ਰਹੀ ਪਰ ਜਦੋਂ ਸਤਿਗੁਰੂ ਜੀ ਨੇ ਉਸ ਸਿਮਰਨ ਸ਼ਬਦ ਨੂੰ ਬਾਣੀ ਵਿੱਚ ਅੰਕਿਤ ਕੀਤਾ ਤਾਂ ਸਤਿਗੁਰੂ ਨੇ ਉੱਥੇ ਪ੍ਰਭਾਸ਼ਾ ਆਪਣੀ ਤੈਅ ਕਰ ਦਿੱਤੀ ਕਿ ਸਿਮਰਨ ਅਸਲ ਦੇ ਵਿੱਚ ਹੁੰਦਾ ਕੀ ਹੈ ਇਸੇ ਤਰੀਕੇ ਨਾਲ ਇਸਲਾਮ ਮਤ ਦੇ ਵਿੱਚ ਇਸ ਸ਼ਬਦ ਨੂੰ ਵੱਖਰੇ ਤਰੀਕੇ ਨਾਲ ਵਰਤਿਆ ਜਾਂਦਾ ਹੈ ਹਿੰਦੂ ਮਤ ਵਿੱਚ ਇਸ ਸ਼ਬਦ ਨੂੰ ਵੱਖਰੇ ਤਰੀਕੇ ਨਾਲ ਵਰਤਿਆ ਜਾਂਦਾ ਹੈ ਪਰ ਗੁਰਮਤਿ ਨੇ ਜਦੋਂ ਇਹਦੀ ਵਿਆਖਿਆ ਕੀਤੀ ਹੈ ਗੁਰਮਤਿ ਨੇ ਇਸ ਦੀ ਵਿਆਖਿਆ ਬੜੇ ਸੋਹਣੇ ਤੇ ਨਵੇਕਲੇ ਢੰਗ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਪਰ ਦੁਖਦਾਈ ਪਹਿਲੂ ਆ ਜੇ ਹੈ ਕਿ ਸਾਡੇ ਜਾਣੇ ਅਣਜਾਣੇ ਦੇ ਵਿੱਚ ਸਾਡੇ ਭਾਈਆਂ ਨੇ ਵੀ ਸਿਮਰਨ ਸ਼ਬਦ ਦੀ ਵਿਆਖਿਆ ਨੂੰ ਉਹਨਾਂ ਮਤਾਂ ਦੇ ਨਾਲ ਜੋੜ ਦਿੱਤਾ ਜਿਨ੍ਹਾਂ ਦਾ ਖੰਡਨ ਸਤਿਗੁਰੂ ਜੀ ਬਾਣੀ ਵਿੱਚ ਕਰਦੇ ਨੇ ਜਿਵੇਂ ਮੈਂ ਇੱਕ ਦੋ ਉਦਾਹਰਨਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਜਦੋਂ ਅਸੀਂ ਸਿਮਰਨ ਸ਼ਬਦ ਦੇ ਬਾਰੇ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਨੇ ਉਸ ਦੀ ਵਿਆਖਿਆ ਵਿੱਚ ਉਸ ਨੂੰ ਨਿੱਜੀ ਕਮਾਂਕਾਰਾਂ ਤੱਕ ਇਹ ਗੱਲ ਦਰਸਾਉਂਦੇ ਸਾਡੇ ਸਾਹਮਣੇ ਆਖਿਆ ਹੈ ਕਿ ਬੰਦਾ ਜਿੱਥੇ ਕੰਮਕਾਰ ਕਰਦਾ ਹੈ ਕੰਮਕਾਰ ਕਰਦਾ ਕਰਦਾ ਨਾਲ ਦੀ ਨਾਲ ਇਮਾਨਦਾਰੀ ਨਾਲ ਕਿਰਤ ਕਰਨੀ ਹੀ ਉਹਦਾ ਸਭ ਤੋਂ ਵੱਡਾ ਸਿਮਰਨ ਹੈ ਪਰ ਸਾਡੇ ਕੁਝ ਕੁ ਭਾਈਆਂ ਨੇ ਅਣਜਾਣਪੁਣੇ ਦੇ ਵਸ ਜਾਂ ਅਗਿਆਨਤਾ ਦੇ ਵਸ ਜਾਂ ਕਿਸੇ ਹੋਰ ਕਾਰਨ ਸਿਮਰਨ ਨੂੰ ਉਹਨਾਂ ਵਿਧੀਆਂ ਦੇ ਨਾਲ ਜੋੜ ਦਿੱਤਾ ਜਿਨ੍ਹਾਂ ਵਿਧੀਆਂ ਦਾ ਖੰਡਨ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤਾ ਹੈ ਜਿਵੇਂ ਵਾਹ ਗੁਰੂ ਦੀ ਪ੍ਰਕਿਰਿਆ ਵਾਹ ਜਿਹੜਾ ਹੈ ਉਹ ਅੰਦਰ ਕਰਨਾ ਗੁਰੂ ਬਾਹਰ ਕਢਣਾ ਇਤਿਆਦਿਕ ਇਹ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਕਿਰਿਆਵਾਂ ਨੇ ਭਾਣੀ ਵਿੱਚ ਸਾਡੇ ਭਾਈਆਂ ਵੱਲੋਂ ਜੋੜ ਦਿੱਤੀਆਂ ਗਈਆਂ ਜਾਂ ਕਈ ਵਾਰੀ ਇਤਰਾ ਹੁੰਦਾ ਹੈ ਕਿ ਬੰਦਾ ਇੱਕ ਵੱਖਰੀ ਵਿਸ਼ੇਸ਼ ਜਗ੍ਹਾ ਤੇ ਬੈਠ ਕੇ ਨਾਮ ਸੇ ਉਹਨਾਂ ਕਰੇ ਤੇ ਉਹਦਾ ਜਿਹੜਾ ਫਲ ਹੈ ਉਹ ਬਹੁਤ ਦੂਰ ਤੱਕ ਪਹੁੰਚਦਾ ਹੈ ਇਤਿਆਦਿਕ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਬੰਦਾ ਨਾਮ ਸਿਮਰਨ ਕਰਦਾ ਹੈ ਤੇ ਜਿਹੜਾ ਨਾਮ ਸਿਮਰਨ ਦਾ ਫਲ ਹੈ ਉਹ ਤੁਹਾਨੂੰ ਅੱਗੇ ਜਾ ਕੇ ਮਿਲੇਗਾ ਜੇ ਤੁਹਾਡਾ ਕੋਈ ਕੰਮ ਸਹੀ ਨਹੀਂ ਹੋ ਰਿਹਾ ਤੇ ਤੁਸੀਂ ਇੰਨਾ ਲੰਮਾ ਸਮਾਂ ਬੈਠ ਕੇ ਸਿਮਰਨ ਕਰੋ ਸਮਾਧੀਆਂ ਲਾਓ ਤੇ ਜਿਹੜਾ ਤੁਹਾਡਾ ਕਾਰਜ ਹੈ ਉਹ ਹੱਲ ਹੋ ਜਾਵੇਗਾ ਇਸ ਤਰ੍ਹਾਂ ਦੀਆਂ ਜਦੋਂ ਸਾਰੀਆਂ ਗੱਲਾਂ ਬਾਤਾਂ ਸਾਡੇ ਭਾਈਆਂ ਨੇ ਸਾਡੇ ਨਾਲ ਜੋੜ ਦਿੱਤੀਆਂ ਤਾਂ ਅਸੀਂ ਸਿਮਰਨ ਦੀ ਪ੍ਰਭਾਸ਼ਾ ਦੇ ਅਰਥ ਬਦਲ ਕੇ ਅਸੀਂ ਸਿਮਰਨ ਦੀ ਪ੍ਰਭਾਸ਼ਾ ਨੂੰ ਥੋੜਾ ਜਿਹਾ ਵੱਖਰਾ ਕਰਕੇ ਤੇ ਅਸੀਂ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਰਲਗੱਡ ਕਰ ਦਿੱਤਾ ਹੁਣ ਜਿਹੜੀ ਬਾਹ ਤੇ ਗੁਰੂ ਦੀ ਪ੍ਰਕਿਰਿਆ ਹੈ ਇਹ ਤੁਹਾਡੀ ਫਿਜ਼ੀਕਲ ਪ੍ਰਕਿਰਿਆ ਪ੍ਰਕਿਰਿਆ ਤਾਂ ਹੋ ਸਕਦੀ ਹੈ ਪਰ ਗੁਰਮਤ ਵਿੱਚ ਇਸ ਚੀਜ਼ ਦਾ ਕੋਈ ਸਬੰਧ ਨਹੀਂ ਹੁਣ ਜਿਵੇਂ ਸਾਡੇ ਵਿੱਚ ਆਮ ਤੌਰ ਤੇ ਪਾਇਆ ਜਾਂਦਾ ਹੈ ਕਿ ਜਦੋਂ ਸਿਮਰਨ ਕਰਨਾ ਹੈ ਤਾਂ ਭੋਰੇ ਵਿੱਚ ਬੈਠ ਕੇ ਸਾਡੇ ਭਾਈਆਂ ਦੇ ਵੱਲੋਂ ਸਿਮਰਨ ਵੀ ਕੀਤਾ ਜਾਂਦਾ ਹੈ ਇਤਿਹਾਦਿਕ ਇਹ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁਣ ਤੁਸੀਂ ਥੋੜਾ ਜਿਹਾ ਗੋਹ ਨਾਲ வாਚਣ ਦਾ ਯਤਨ ਕਰਨਾ ਇੱਕ ਬੰਦਾ ਭੋਰੇ ਵਿੱਚ ਬੈਠਾ ਹੈ ਉਹਦਾ ਰੋਟੀ ਪਾਣੀ ਕਰਨ ਦੇ ਵਾਸਤੇ ਕਈ ਬੰਦੇ ਉਹਦੀ ਦੇਖਰੇਖ ਕਰਨ ਦੇ ਵਾਸਤੇ 24 ਘੰਟੇ ਉੱਥੇ ਹਾਜ਼ਰ ਰਹਿੰਦੇ ਨੇ ਪਤਾ ਨਹੀਂ ਕਿਦਨ ਬਾਹਰ ਆਉਣਾ ਹੈ ਇਹਦਾ ਸਿਮਰਨ ਖਤਮ ਹੋਣਾ ਹੈ ਤੇ ਫਿਰ ਉਹਦਾ ਫਲ ਲੈਣ ਦੇ ਵਾਸਤੇ ਉਸ ਜਗ੍ਹਾ ਤੇ ਪਹੁੰਚਦੇ ਨੇ ਪਰ ਇੱਕ ਬੰਦਾ ਆਪਣੀ ਕਿਰਤਕਾਰ ਕਰਦਾ ਏ ਉਹ ਚੌਹ ਬੰਦਿਆਂ ਨੂੰ ਆਪਣੇ ਨਾਲ ਤੋਰ ਰਿਹਾ ਹੈ ਜਿੱਥੇ ਆਪਣੀ ਕਿਰਤਕਾਰ ਕਰਦਾ ਹੈ ਉਥੇ ਚਾਰ ਬੰਦਿਆਂ ਦਾ ਰਿਜ਼ਕ ਦਾਤਾ ਵੀ ਉਹ ਬੰਦਾ ਬਣ ਰਿਹਾ ਹੈ ਹੱਥਾਂ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਨਾਲ ਉਹ ਕੰਮ ਕਰਦਾ ਹੈ ਤੇ ਉਸ ਕਮਾਈ ਦੇ ਵਿੱਚੋਂ ਉਹਨਾਂ ਚੌਹ ਬੰਦਿਆਂ ਨੂੰ ਅੱਗੇ ਜਾ ਕੇ ਖਵਾਉਂਦਾ ਹੈ ਹੁਣ ਤੁਸੀਂ ਫੈਸਲਾ ਇਸ ਗੱਲ ਦਾ ਆਪ ਕਰਨਾ ਹੈ ਕਿ ਕਿਹੜਾ ਬੰਦਾ ਠੀਕ ਹੈ ਜਿਹੜਾ ਭੋਰੇ ਵਿੱਚ ਬੈਠਾ ਚਾਰ ਬੰਦੇ ਜਿਹਦੇ ਆਸੇ ਪਾਸੇ ਲੱਗੇ ਨੇ ਉਹ ਚੰਗਾ ਹੈ ਜਾਂ ਉਹ ਬੰਦਾ ਚੰਗਾ ਹੈ ਜਿਹੜਾ ਦੁਨੀਆਂ ਦੇ ਵਿੱਚ ਰਹਿੰਦਾ ਹੈ ਤੇ ਦੁਨੀਆ ਦੇ ਵਿੱਚ ਨਾਲ ਦੀ ਨਾਲ ਰਹਿੰਦਾ ਹੋਇਆ ਚੋਂ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੈ ਹੁਣ ਫੈਸਲਾ ਸੰਗਤ ਨੇ ਆਪ ਕਰਨਾ ਹੈ ਕਿ ਇਹਦੇ ਵਿੱਚੋਂ ਕਿਹੜਾ ਸਿਮਰਨ ਹੈ ਜਿਹੜਾ ਸਹੀ ਹੈ ਜਦੋਂ ਅਸੀਂ ਸਤਿਗੁਰ ਜੀ ਦੀ ਬਾਣੀ ਪੜ੍ਹਦੇ ਆ ਨਾ ਮਹਾਰਾਜ ਨੇ ਬਾਣੀ ਵਿੱਚ ਸਿਮਰਨ ਦੀ ਪ੍ਰਭਾਸ਼ਾ ਬੜੇ ਸੌਖੇ ਤੇ ਸੋਹਣੇ ਤਰੀਕੇ ਨਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਸਤਿਗੁਰ ਦੀ ਬਾਣੀ ਵਿੱਚੋਂ ਅਸੀਂ ਸ਼ਲੋਕ ਜਦੋਂ ਪੜ੍ਹਦੇ ਆ ਤਾਂ ਮਹਾਰਾਜ ਕਹਿਣ ਲੱਗੇ ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸੰਭਾਲ ਨਾਮਦੇਵ ਸਾਹਿਬ ਭਗਤ ਤ੍ਰਿloਚਨ ਨੂੰ ਜਵਾਬ ਦਿੰਦੇ ਨੇ ਤੇ ਇਸ ਸ਼ਲੋਕ ਤੋਂ ਪਹਿਲਾਂ ਜਿਹੜਾ ਇੱਕ ਸ਼ਲੋਕ ਹੈ ਉਹ ਵੀ ਸਤਿਗੁਰੂ ਨੇ ਬਾਣੀ ਵਿੱਚ ਅੰਕਿਤ ਕੀਤਾ ਹੈ ਕਹਿੰਦੇ ਨਾਮਾ ਮਾਇਆ ਮੋਹਿਆ ਕਹ ਤ੍ਰਿloਚਨ ਮੀਤ ਕਾਹੇ ਸ਼ੀਪੋ ਸ਼ਾਇਲੋ ਰਾਮ ਨਾ ਲਾਵੋ ਚੀਤ ਹੁਣ ਭਗਤ ਤ੍ਰਿloਚਨ ਜੀ ਜਿਹੜੇ ਨੇ ਉਹ ਨਾਮਦੇਵ ਸਾਹਿਬ ਨੂੰ ਸਵਾਲ ਕਰਦੇ ਨੇ ਕਿ ਤੁਸੀਂ ਮਾਇਆ ਦੇ ਨਾਲ ਚਿੱਤ ਜੋੜਿਆ ਹੈ ਤੁਸੀਂ ਰੱਬ ਨਾਲ ਚਿੱਤ ਕਿਉਂ ਨਹੀਂ ਜੋੜਦੇ ਹੁਣ ਰੱਬ ਨਾਲ ਚਿੱਤ ਜੋੜਨ ਦਾ ਸਾਧਨ ਕੀ ਹੈ ਤੇ ਭਗਤ ਨਾਮਦੇਵ ਸਾਹਿਬ ਇਸ ਗੱਲ ਦਾ ਜਵਾਬ ਅੱਗੇ ਬੜੇ ਸੌਖੇ ਸ਼ਬਦਾਂ ਵਿੱਚ ਦਿੰਦੇ ਨੇ ਕਹਿੰਦੇ ਨਾਮਾ ਕਹੈ ਤਿਲੋਚਨਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ हे ਤਿਲੋਚਨ ਸੁਣ ਮੁਖ ਤੇ RAM ਸੰਭਾਲ ਆਪਣੇ ਮੁਖ ਤੋਂ RAM ਦੇ ਨਾਮ ਦੀ ਸੰਭਾਲ ਕਰਨੀ ਹੈ ਮੁਖ ਤੇ RAM ਸੰਭਾਲ ਹੱਥ ਪਾਉਂ ਕਰ ਕਾਮ ਸਭ ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰਨਾ ਹੈ ਪਰ ਅੱਗੇ ਕੀ ਕਰਨਾ ਹੈ ਕਹਿੰਦੇ ਚੀਤ ਨਿਰੰਜਨ ਨਾਲ ਜਿਹੜਾ ਆਪਣਾ ਚੇਤ ਹੈ ਉਹ ਉਸ ਨਿਰੰਜਨ ਦੇ ਨਾਲ ਉਸ ਵਾਇਗਰੂ ਅਕਾਲਪੁਰਖ ਦੇ ਨਾਲ ਜੋੜ ਕੇ ਰੱਖਣਾ ਹੈ ਹੁਣ ਬੜੀ ਸੌਖੀ ਪ੍ਰਭਾਸ਼ਾ ਬਾਣੀ ਵਿੱਚ ਸਾਡੇ ਸਾਹਮਣੇ ਰੱਖ ਦਿੱਤੀ ਇਹ ਪ੍ਰਭਾਸ਼ਾ ਕਿਸੇ ਐਸੇ ਬੰਦੇ ਨੂੰ ਆਗਿਆ ਨਹੀਂ ਦਿੰਦੀ ਕਿ ਕਿਸੇ ਵਿਸ਼ੇਸ਼ਤਾ 'ਤੇ ਬੈਠ ਕੇ ਅਸੀਂ ਨਾਮ ਸਿਮਰਨ ਦੀ ਵਿਧੀ ਨੂੰ ਤੈਅ ਕਰ ਲਈਏ ਜਾਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇੱਕ ਨਾਮ ਸਿਮਰਨ ਤੈਅ ਕਰ ਲੈਣ ਵੈਸੇ ਤਾਂ ਅੱਜ ਨਾਮ ਸਿਮਰਨ ਦੀ ਪ੍ਰਭਾਸ਼ਾ ਆਪੋ ਆਪਣੇ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਜਿਵੇਂ ਪਿੱਛੇ ਜੇ ਥੋੜੇ ਸਮੇਂ ਦੀ ਗੱਲ ਹੈ ਕਿਸੇ ਨੇ ਨਾਮ ਸਿਮਰਨ ਕਹਿ ਦਿੱਤਾ ਕਹਿੰਦੇ ਵੀ ਪ੍ਰੀਤ ਪ੍ਰੀਤ ਬਹੁਤ ਵਾਰ ਆਪਣੇ ਮਖ ਤੋਂ ਉਚਾਰਨ ਕਰ ਲਓ ਤੁਹਾਡੇ ਇਹਦੇ ਨਾਲ ਕਾਰਜ ਰਾਸ ਹੋ ਜਾਣਗੇ ਜਾਂ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਦੁਖਦਾਈ ਪਹਿਲੂ ਨੇ ਤੁਸੀਂ ਉਹਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਹੈਂਡਲ ਕਰ ਸਕਦੇ ਜੇ ਹੁਣ ਜਦੋਂ ਅਸੀਂ ਸਤਗੁਰ ਜੀ ਦੀ ਬਾਣੀ ਪੜ੍ਹੀਏ ਨਾ ਮਹਾਰਾਜ ਨੇ ਐਸੇ ਨਾਮ ਸਿਮਰਨ ਦਾ ਖੰਡਨ ਕੀਤਾ ਹੈ ਐਸੇ ਨਾਮ ਸਿਮਰਨ ਨੂੰ ਬਾਣੀ ਵਿੱਚ ਕੋਈ ਥਾਂ ਨਹੀਂ ਦਿੱਤੀ ਭਾਈ ਗੁਰਦਾਸ ਜੀ ਉਹਨਾਂ ਦਾ ਇੱਕ ਬੜਾ ਪਿਆਰਾ ਕਬੈਤ ਹੈ ਪਾਈ ਗੁਰਦਾਸ ਜੀ ਜਦੋਂ ਕਬੈਤ ਲਿਖਦੇ ਨੇ ਤੇ ਪਾਈ ਗੁਰਦਾਸ ਜੀ ਉਹਦੇ ਵਿੱਚ ਲਿਖਦੇ ਨੇ ਖਾਂਡ ਖਾਂਡ ਕਹੈ ਜੀਬਾ ਨਾ ਸਵਾਦ ਮੀਠੋ ਆਵੇ ਅਗਨ ਅਗਨ ਕਹੈ ਸੀਤ ਨਾ ਬినాਸ਼ ਹੈ ਪਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਦੇ ਮੂੰਹ ਦੇ ਵਿੱਚ ਮਿਰਚ ਲੱਗੀ ਹੋਵੇ ਨਾ ਤੇ ਬੰਦਾ ਖਾਂਡ ਖਾਂਡ ਕਹਿੰਦਾ ਰਵੇ ਤੇ ਉਹਨੂੰ ਖਾਂਡ ਦਾ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਖਾਂਡ ਤਲੀ ਤੇ ਰੱਖ ਕੇ ਉਹਦੇ ਮੂੰਹ ਤੱਕ ਨਾ ਪਹੁੰਚੇ ਉਹਦੀ ਜ਼ੁਬਾਨ ਤੱਕ ਨਾ ਚਲੀ ਜਾਵੇ ਉਨਾਂ ਚਿਹਰੇ ਉਹਦੇ ਮੂੰਹ ਵਿੱਚ ਲੱਗੀ ਹੋਈ ਕੁੜਤਨ ਉਹਦੇ ਮੂੰਹ ਵਿੱਚ ਲੱਗੀ ਹੋਈ ਮਿਰਚ ਉਹ ਦੂਰ ਨਹੀਂ ਹੋ ਸਕਦੀ ਹੁਣ ਇਸੇ ਤਰੀਕੇ ਨਾਲ ਨਾਮ ਸਿਮਰਨਾ ਹੈ ਬੰਦਾ ਮਖ ਤੋਂ ਪਰਮਾਤਮਾ ਦਾ ਨਾਮ ਉਚਾਰੀ ਜਾਵੇ ਬੰਦਾ ਮਖ ਤੋਂ ਰੱਬ ਦਾ ਨਾਮ ਲਈ ਜਾਵੇ ਸਤਿਗੁਰੂ ਨੇ ਵੈਸੇ ਐਸੇ ਨਾਮ ਸਿਮਰਨ ਦਾ ਖੱਡਣ ਕੀਤਾ ਹੈ ਜਿੱਥੇ ਸਤਿਗੁਰੂ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਰਾਮ ਰਾਮ ਕਹਿਣ ਨੂੰ ਤਾਂ ਸਾਰਾ ਜਗ ਕਹੀ ਜਾਂਦਾ ਪਰ ਰਾਮ ਇਨ ਵਿਧੀਆਂ ਦੇ ਨਾਲ ਪਾਇਆ ਨਹੀਂ ਜਾ ਸਕਦਾ ਸਤਿਗੁਰੂ ਜੀ ਨੂੰ ਪੁੱਛੀਏ ਕਿਹੜੀ ਵਿਧੀ ਹੈ ਨਾਮ ਸਿਮਰਨ ਦੀ ਸੋਦਰ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਊੜ ਊੜ ਆਵੇ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਕਹਿੰਦੇ ਜਿਹੜੀਆਂ ਕੂੰਜਾਂ ਨੇ ਨਾ ਕੂੰਜਾਂ ਉਹ 100 ਕੂਹਾਂ ਤੋਂ ਉੱਡ ਕੇ ਇੱਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੀਆਂ ਨੇ ਤੇ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਆਉਂਦੀਆਂ ਨੇ ਊੜ ਊੜ ਆਵੇ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਉਹਨਾਂ ਨੂੰ ਕੌਣ ਖਵਾਉਂਦਾ ਹੈ ਉਹਨਾਂ ਨੂੰ ਕੌਣ ਉਥੇ ਪੀਣ ਦੇ ਵਾਸਤੇ ਕੋਈ ਨਾ ਕੋਈ ਪਾਣੀ ਮੁਹੱਈਆ ਕਰਵਾਉਂਦਾ ਹੈ ਕਹਿੰਦੇ ਸਿਰਫ ਜਿਹੜੀ ਕੂੰਜ ਹੈ ਉਹਨੇ ਆਪਣੇ ਬੱਚਿਆਂ ਦੀ ਯਾਦ ਆਪਣੇ ਮਨ ਵਿੱਚ ਵਸਾਈ ਹੈ ਤੇ ਮਨ ਵਿੱਚ ਵਸਾਉਣਾ ਹੀ ਉਹਦਾ ਸਭ ਤੋਂ ਵੱਡਾ ਸਿਮਰਨ ਹੈ ਹੁਣ ਕਿੱਡੀ ਸੌਖੀ ਪ੍ਰਭਾਸ਼ਾ ਬਾਣੀ ਨੇ ਸਾਡੇ ਸਾਹਮਣੇ ਤੈਅ ਕਰ ਦਿੱਤੀ ਹੁਣ ਜਦੋਂ ਇਹ ਸੌਖੀ ਪ੍ਰਭਾਸ਼ਾ ਅਸੀਂ ਆਮ ਸੰਸਾਰ ਤੇ ਲਾਗੂ ਕਰੀਏ ਵੈਸੇ ਸਾਧ ਸੰਗਤ ਇੱਕ ਗੱਲ ਤਾਂ ਪੱਕੀ ਤੈਅ ਹੈ ਜਿਹੜਾ ਨਾਮ ਸਿਮਰਨ ਜੋਗੀਆਂ ਨੇ ਦਿੱਤਾ ਸੀ ਜੇ ਇਹ ਨਾਮ ਸਿਮਰਨ ਅਸੀਂ ਪੂਰੇ ਸੰਸਾਰ ਤੇ ਲਾਗੂ ਕਰ ਦਈਏ ਕਿ ਪੂਰੇ ਸੰਸਾਰ ਨੇ ਇੱਕ ਵਿਧੀ ਵਿੱਚ ਬੈਠ ਕੇ ਉਸ ਰੱਬ ਨੂੰ ਯਾਦ ਕਰਨਾ ਹੈ ਜਾਂ ਉਸ ਰੱਬ ਦੀ ਵਿਧੀ ਨੂੰ ਅਪਣਾਉਣਾ ਹੈ ਜਾਂ ਉਹਨਾਂ ਦੇ ਵਿੱਚ ਤਾਂ ਇਤਰਾਹ ਦੀਆਂ ਵਿਧੀਆਂ ਵੀ ਨੇ ਕਿ ਇੱਕ ਲੱਤ ਦੇ ਖਲੋ ਕੇ ਉਸ ਰੱਬ ਨੂੰ ਯਾਦ ਕਰਨਾ ਹੈ ਜੇ ਸਾਰਾ ਸਮਾਜ ਇਹਨਾਂ ਵਿਧੀਆਂ ਨੂੰ ਅਪਣਾ ਲਵੇ ਤੇ ਤੁਸੀਂ ਆਪ ਹਿਸਾਬ ਲਾਓ ਕਿ ਸਮਾਜ ਕਿਸ ਤਰੀਕੇ ਨਾਲ ਚੱਲ ਪਾਏਗਾ ਕੀ ਸਮਾਜ ਦੇ ਵਿੱਚ ਜੋ ਕੰਮਕਾਰ ਚੱਲ ਰਹੇ ਹਨ ਇਹ ਉਸੇ ਤਰੀਕੇ ਨਾਲ ਨਿਭ ਸਕਦੇ ਹਨ ਕਦੇ ਵੀ ਨਹੀਂ ਜਦੋਂ ਗੁਰਮਤ ਨੇ ਨਾਮ ਸਿਮਰਨ ਦੀ ਵਿਆਖਿਆ ਦਿੱਤੀ ਹੈ ਤਾਂ ਬੜੀ ਸੌਖੀ ਦਿੱਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਖਾਣਡ ਖਾਣਕ ਹੈ ਜੀਬਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹੈ ਸ਼ੀਤ ਨਾ ਬਿਨਾਸ਼ ਹੈ ਹੁਣ ਬੰਦੇ ਨੂੰ ਠੰਡ ਲੱਗਦੀ ਹੈ ਬੰਦਾ ਠੜ ਦਾ ਮਾਰਾ ਅੱਗ ਅੱਗ ਕਰਦਾ ਰਵੇ ਤੇ ਅੱਗ ਦੇ ਨੇੜੇ ਨਾ ਜਾਵੇ ਤੁਸੀਂ ਆਪ ਦੱਸੋ ਕਿ ਜਿਹੜਾ ਬੰਦਾ ਹੈ ਉਹਦੀ ਜਿਹੜੀ ਠੰਡ ਉਹਦੇ ਸਰੀਰ ਨੂੰ ਲੱਗ ਰਹੀ ਹੈ ਕਿ ਉਹ ਠੰਡ ਹਟ ਜਾਵੇਗੀ ਜਿੱਨਾਂ ਚਰਾਗੇ ਦੇ ਨੇੜੇ ਨਹੀਂ ਜਾਏਗਾ ਅੱਗ ਦਾ ਸੇਕ ਨਹੀਂ ਉਥੇ ਲਏਗਾ ਉਹਨਾਂ ਚਿਰ ਉਹਦਾ ਉਹਦਾ ਜਿਹੜਾ ਪਾਲਾ ਹੈ ਉਹਨੂੰ ਜਿਹੜੀ ਠੰਡ ਲੱਗ ਰਹੀ ਹੈ ਉਹ ਦੂਰ ਨਹੀਂ ਹੋ ਸਕਦੀ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧ ਗੋਸ਼ਟ ਬਾਣੀ ਅੰਦਰ ਇੱਕ ਬੜਾ ਪਿਆਰਾ ਵਾਕ ਇਸੇ ਦੇ ਪਰਥਾਏ ਆਖਿਆ ਹੈ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਛਣੈ ਜਿਹੜੀ ਮੁਰਗਾਈ ਹੈ ਨਾ ਉਹ ਰਹਿੰਦੀ ਪਾਣੀ ਵਿੱਚ ਹੈ ਤੇ ਪਾਣੀ ਵਿੱਚ ਰਹਿੰਦੀ ਹੋਈ ਜਿਹੜੇ ਆਪਣੇ ਖੰਭ ਐ ਉਹਨਾਂ ਨੂੰ ਪਾਣੀ ਨਹੀਂ ਲਗਣ ਦਿੰਦੀ ਉਹਨਾਂ ਨੂੰ ਪਾਣੀ ਤੋਂ ਸੁਕਾ ਕੇ ਰੱਖਦੀ ਐ ਕਹਿੰਦੇ ਇਸੇ ਤਰੀਕੇ ਨਾਲ ਸੁਰਤ ਸ਼ਬਦ ਪਵ ਸਾਗਰ ਤਰੀਐ ਜਿਹੜੀ ਤੇਰੀ ਸੁਰਤ ਐ ਤੂੰ ਇਹਦੇ ਵਿੱਚ ਸ਼ਬਦ ਨੂੰ ਧਾਰਨ ਕਰਨਾ ਐ ਇਹਦੇ ਵਿੱਚ ਸ਼ਬਦ ਨੂੰ ਹੁਣ ਜਿਹੜੀ ਮੁਰਗਾਈ ਐ ਰਹਿੰਦੀ ਤਾਂ ਪਾਣੀ ਵਿੱਚ ਐ ਪਰ ਪਾਣੀ ਤੋਂ ਨਿਰਲੇਪ ਰਹਿੰਦੀ ਐ ਸਤਿਗੁਰੂ ਨੇ ਆਖਿਆ ਐ ਰਹਿਣਾ ਤੂੰ ਸਮਾਜ ਵਿੱਚ ਐ ਕਾਮਕਾਰ ਤੂੰ ਸਮਾਜ ਵਿੱਚ ਕਰਨੇ ਨੇ ਜੀਵਨ ਬਤੀਤ ਤੂੰ ਇਸ ਸੰਸਾਰ ਦੇ ਵਿੱਚ ਕਰਨਾ ਹੈ ਤੂੰ ਆਪਣਾ ਗ੍ਰਸਥ ਜੀਵਨ ਨਿਭਾਉਣਾ ਹੈ ਪਰ ਇਸ ਸਾਰੇ ਕੁਝ ਦੇ ਰੰਦੇ ਹੋਏ ਤੇਰੀ ਯਾਦ ਉਸ ਇੱਕ ਅਕਾਲ ਪੁਰਖ ਦੇ ਨਾਲ ਉਸ ਇੱਕ ਵਾਹਿਗੁਰੂ ਦੇ ਨਾਲ ਜੁੜਨੀ ਚਾਹੀਦੀ ਹੈ ਪਾਈ ਕਾਂ ਸਿੰਘ ਨਾਭਾ ਜਦੋਂ ਸਿਮਰਨ ਦੇ ਅਰਥ ਕਰਦੇ ਨੇ ਉਹਨਾਂ ਨੇ ਸਿਮਰਨ ਦੇ ਅਰਥ ਕਰਦੇ ਹੋਏ ਬੜੇ ਪਿਆਰੇ ਦੋ ਸ਼ਬਦ ਵਰਤੇ ਨੇ ਜਦੋਂ ਸਿਮਰਨ ਸ਼ਬਦ ਨੂੰ ਤੁਸੀਂ ਮਹਾਨ ਕੋਸ਼ ਵਿੱਚ ਪੜ੍ਹਿਓ ਤੇ ਉਹਦੇ ਵਿੱਚ ਦੋ ਸ਼ਬਦ ਵਰਤਦੇ ਨੇ ਚੇਤੇ ਕਰਨਾ ਤੇ ਯਾਦ ਵਿੱਚ ਲੈ ਕੇ ਆਉਣਾ ਹੁਣ ਬੜੀ ਸੌਖੀ ਪਰਿਭਾਸ਼ਾ ਜਿਹੜੀ ਹੈ ਇਹ ਗੁਰਮਤਿ ਨੇ ਸਾਡੇ ਸਾਹਮਣੇ ਰੱਖੀ ਹੈ ਕਿ ਰੱਬ ਨੂੰ ਤੂੰ ਸਦਾ ਚੇਤੇ ਕਰਨਾ ਹੈ ਰਹਿਣਾ ਤੂੰ ਸਮਾਜ ਵਿੱਚ ਹੈ ਕੰਮ ਕਰ ਤੂੰ ਸਮਾਜ ਵਾਲੇ ਕਰਨੇ ਨੇ ਸਾਰਾ ਕੁਝ ਕਰਦੇ ਹੋਏ ਜਿਹੜਾ ਤੇਰਾ ਚੇਤ ਹੈ ਉਹ ਉਸ ਇੱਕ ਅਕਾਲ ਪੁਰਖ ਦੇ ਨਾਲ ਜੋੜਨਾ ਹੈ ਜਦੋਂ ਅਸੀਂ ਸਤਗੁਰ ਜੀ ਦੀ ਬਾਣੀ ਪੜ੍ਹਦੇ ਆ ਤਾਂ ਭਗਤ ਨਾਮਦੇਵ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਬਾਣੀ ਵਿੱਚ ਇਸੇ ਦੇ ਪਰਥਾਇਆ ਆਉਂਦਾ ਹੈ ਆਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਧੇ ਪਰਮੀਲੇ ਪੰਜ ਜਨਾਸ਼ਿਓ ਬਾਤ ਬਤਉਵਾ ਚੀਤ ਸੁਡੋਰੀ ਰਾਖੀਲੇ ਨਾਮਦੇਵ ਸਾਹਿਬ ਜੀ ਨੇ ਬੜੇ ਸੌਖੇ ਸ਼ਬਦਾਂ ਵਿੱਚ ਇਸ ਦੀ ਪਰਭਾਸ਼ਾ ਤੈਅ ਕਰ ਦਿੱਤੀ ਜਾਂ ਸਾਨੂੰ ਸਮਝਾਇਆ ਹੈ ਕਿ ਜਿਵੇਂ ਬੱਚਾ ਆਕਾਸ਼ ਵਿੱਚ ਪਤੰਗ ਉਡਾਉਂਦਾ ਹੈ ਪਤੰਗ ਉਡਾਉਣ ਦੇ ਨਾਲ ਨਾਲ ਜਿਹੜਾ ਬੱਚਾ ਹੈ ਉਹ ਆਪਣਾ ਧਿਆਨ ਪਤੰਗ ਵਿੱਚ ਵੀ ਰੱਖਦਾ ਹੈ ਤੇ ਆਸੇ-ਪਾਸੇ ਸੰਗੀਆਂ ਸਾਥੀਆਂ ਦੇ ਨਾਲ ਗੱਲਾਂ-ਬਾਤਾਂ ਵੀ ਕਰਦਾ ਹੈ ਜਿੱਥੇ ਸੰਗੀਆਂ ਸਾਥੀਆਂ ਦੇ ਨਾਲ ਗੱਲਾਂ-ਬਾਤਾਂ ਕਰਦਾ ਹੈ ਉਥੇ ਆਪਣਾ ਧਿਆਨ ਪਤੰਗ ਦੇ ਨਾਲੋਂ ਟੁੱਟਣ ਨਹੀਂ ਦਿੰਦਾ ਪਤੰਗ ਵਿੱਚ ਵੀ ਧਿਆਨ ਜੋੜਿਆ ਹੈ ਤੇ ਸੰਗੀਆਂ ਸਾਥੀਆਂ ਨਾਲ ਵੀ ਗੱਲਾਂ ਕਰ ਰਿਹਾ ਹੈ ਕਹਿੰਦੇ ਇਸੇ ਤਰੀਕੇ ਨਾਲ ਰਹਿਣਾ ਤੂੰ ਸਮਾਜ ਵਿੱਚ ਹੈ ਪਰ ਸਮਾਜ ਵਿੱਚ ਰਹਿੰਦੇ ਹੋਏ ਤੂੰ ਆਪਣਾ ਚੇਤ ਉਸ ਇੱਕ ਅਕਾਲ ਪੁਰਖ ਨਾਲ ਜੋੜਨਾ ਹੈ ਜਦੋਂ ਅਸੀਂ ਸਮੁੱਚੇ ਸ਼ਬਦ ਨੂੰ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਸ਼ਬਦ ਵਿੱਚ ਬਹੁਤ ਸੋਹਣੀਆਂ ਪਿਆਰੀਆਂ ਉਦਾਹਰਨਾਂ ਸਾਡੇ ਸਾਹਮਣੇ ਦਿੱਤੀਆਂ ਨੇ ਕਿ ਜਿਵੇਂ ਮਾਂ ਆਪਣੇ ਬੱਚੇ ਨੂੰ ਇੱਕ ਝੋਲੀ ਦੇ ਵਿੱਚ ਪਾ ਦਿੰਦੀ ਹੈ ਤੇ ਘਰ ਦੇ ਵਿੱਚ ਸਾਰਾ ਕੰਮਕਾਰ ਵੀ ਕਰਦੀ ਰਹਿੰਦੀ ਹੈ ਪਰ ਜਦੋਂ ਮਾੜਾ ਜਿਹਾ ਬੱਚਾ ਰੋਂਦਾ ਹੈ ਬੱਚੇ ਨੂੰ ਕਿਸੇ ਗੱਲ ਦੀ ਤਕਲੀਫ ਹੁੰਦੀ ਹੈ ਤੇ ਮਾਂ ਦੌੜ ਕੇ ਬੱਚੇ ਕੋਲ ਜਾਂਦੀ ਹੈ ਹੁਣ ਘਰ ਦੇ ਕੰਮਕਾਰ ਵੀ ਕਰਦੀ ਹੈ ਪਰ ਆਪਣਾ ਧਿਆਨ ਉਸ ਬੱਚੇ ਵੱਲ ਜੋੜ ਕੇ ਰੱਖਦੀ ਹੈ ਕਿ ਕਿਤੇ ਮੇਰੇ ਬੱਚੇ ਨੂੰ ਕੋਈ ਤਕਲੀਫ ਤਾਂ ਨਹੀਂ ਕਿਤੇ ਮੇਰੇ ਬੱਚੇ ਨੂੰ ਕੋਈ ਦੁੱਖ ਤਾਂ ਨਹੀਂ ਸਤਿਗੁਰੂ ਜੀ ਕਹਿੰਦੇ ਇਸੇ ਤਰੀਕੇ ਨਾਲ ਤੂੰ ਵੀ ਰਹਿਣਾ ਸਮਾਜ ਵਿੱਚ ਹੈ ਪਰ ਚੇਤ ਆਪਣਾ ਉਸ ਇੱਕ ਅਕਾਲ ਪੁਰਖ ਦੇ ਨਾਲ ਜੋੜਨਾ ਹੈ ਤੀਰਾ ਸਿਮਰਨੇ ਹੈ ਕਿ ਕਿ ਤੂੰ ਸਮਾਜ ਵਿੱਚ ਰਹਿੰਦਾ ਹੋਇਆ ਜਿਹੜੇ ਸਾਰੇ ਕੰਮ ਕਰਨੇ ਨੇ ਉਹ ਗੁਰਮਤ ਦੇ ਅਨੁਸਾਰ ਇਮਾਨਦਾਰੀ ਨਾਲ ਕਿਰਤ ਕਰਨੀ ਹੈ ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੁੱਢਲਾ ਸਿਧਾਂਤ ਹੀ ਇਹ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਦੋਂ ਨਾਮ ਜਪਣ ਦੀ ਪ੍ਰਭਾਸ਼ਾ ਗੁਰੂ ਨਾਨਕ ਸਾਹਿਬ ਜੀ ਨੇ ਤੈਅ ਕੀਤੀ ਸੀ ਤਾਂ ਉਹਦੇ ਵਿੱਚ ਸਤਿਗੁਰੂ ਦੀ ਬਾਣੀ ਅਸੀਂ ਪੜੀਏ ਤਾਂ ਬੜੇ ਪਿਆਰੇ ਵਾਕ ਸਤਿਗੁਰੂ ਜੀ ਦੀ ਬਾਣੀ ਵਿੱਚ ਸਾਡੇ ਸਾਹਮਣੇ ਰੱਖੇ ਨੇ ਕਿ ਰਹਿਣਾ ਤੂੰ ਸਮਾਜ ਵਿੱਚ ਐ ਪਰ ਸਮਾਜ ਵਿੱਚ ਰਹਿੰਦੇ ਹੋਏ ਸਾਰੇ ਕੰਮਕਾਰ ਤੂੰ ਉਸ ਗੁਰਮਤ ਦੇ ਮੁਤਾਬਕ ਕਰਨੀ ਨੇ ਸਿੱਖ ਦੇ ਵਾਸਤੇ ਸਭ ਤੋਂ ਵੱਡਾ ਨਾਮ ਸਿਮਰਨ ਹੈ ਕਿ ਸਮਾਜ ਵਿੱਚ ਰਹਿੰਦੇ ਹੋਏ ਆਪਣਾ ਧਿਆਨ ਉਸ ਇੱਕ ਇਕਾਲ ਪੁਰਖ ਦੇ ਨਾਲ ਜੋੜਨਾ ਹੈ ਜਦੋਂ ਸਿੱਖ ਨੂੰ ਹਰ ਵੇਲੇ ਅਕਾਲ ਪੁਰਖ ਦੀ ਯਾਦ ਰਵੇਗੀ ਜਦੋਂ ਸਿੱਖ ਹਰ ਵੇਲੇ ਅਕਾਲ ਪੁਰਖ ਨੂੰ ਯਾਦ ਕਰੇਗਾ ਤਾਂ ਕਦੇ ਵੀ ਆਪਣੇ ਜੀਵਨ ਦੇ ਵਿੱਚ ਬੇਈਮਾਨੀ ਠੱਗੀ ਠੋਰੀ ਰਿਸ਼ਵਤ ਨਹੀਂ ਲੈ ਕੇ ਆਵੇਗਾ ਵੇਖਣ ਵਿੱਚ ਇਤਰਾ ਆਉਂਦਾ ਹੈ ਕਿ ਬੰਦਾ ਮੁਖ ਤੋਂ ਰਾਮ ਰਾਮ ਵੀ ਕਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਵੀ ਕਹੀ ਜਾਂਦਾ ਹੈ ਪਰ ਠਗੀਆਂ ਠੋਰੀਆਂ ਬੇਈਮਾਨੀਆਂ ਕਰਨੋਂ ਫੇਰ ਵੀ ਨਹੀਂ ਹਟਦਾ ਸਤਿਗੁਰੂ ਜੀ ਕਹਿੰਦੇ ਐਸਾ ਸਿਮਰਨ ਕੀਤੇ ਦਾ ਕੋਈ ਫਾਇਦਾ ਨਹੀਂ ਐਸੇ ਸਿਮਰਨ ਦਾ ਕੋਈ ਲਾਭ ਨਹੀਂ ਜੇ ਸਿਮਰਨ ਕਰਨਾ ਹੈ ਤੇ ਉਸ ਵਾਹਿਗੁਰੂ ਦੀ ਯਾਦ ਨੂੰ ਮਨ ਵਿੱਚ ਵਸਾਉਂਦੇ ਹੋਏ ਆਪਣਾ ਜੀਵਨ ਇਮਾਨਦਾਰੀ ਨਾਲ ਜੂ ਤੇ ਆਪਣੇ ਜੀਵਨ ਦੇ ਵਿੱਚ ਇਮਾਨਦਾਰੀ ਨਾਲ ਰਹਿੰਦੇ ਹੋਏ ਤੂੰ ਕਿਰਤਕਾਰ ਕਰਨੀ ਹੈ ਇਤਨੀਆਂ ਗਬਨਤੀਆਂ ਪ੍ਰਵਾਨ ਹੋਈਆਂ ਬਿੰਦ ਭੁੱਲਾਂ ਦੀ ਖਿਮਾ ਅੰਤ ਵਿੱਚ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ